अरदास जी है वो विश्वास नाल पूरी होंदी है। एक खिडौने ते बच्चियां दे खेडण वास्ते है। सानू इस चीज का प्रचार करना चाहिए कि साडे दिल दिमाग दे उत्ते कदी भी कोई मनमत भारी ना पवे। अपने दिल दे विच आई गल नू आपां गुरु घर दे विच ना जोड़िए और जो गुरु सिद्धांत सानू कहिंदे ने सानू उहदे उत्ते पैरा देना चाहिए। ਚੰਗੀ ਗੱਲ ਆ, ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਨੌਜਵਾਨਾਂ ਨੂੰ ਇੱਥੇ ਰੁਜ਼ਗਾਰ ਦੀ ਤਲਾਸ਼ ਕਰਨੀ ਚਾਹੀਦੀ ਹੈ ਤੇ ਸੰਗਤਾਂ ਨੂੰ ਜਿਹੜੇ ਖਿਡੌਣੇ ਆ ਜਿਵੇਂ ਸ਼ਹੀਦਾਂ ਗੁਰਦੁਆਰਾ ਤੱਲਣ ਹੈ ਨਾ ਜੀ, ਉੱਥੇ ਬਹੁਤ ਜਹਾਜ਼ ਚੜਾਉਂਦੇ ਆ, ਤਾਂ ਇਸ ਤਰ੍ਹਾਂ ਨਹੀਂ ਚਾਹੀਦਾ। ਗੁਰੂ ਸਾਹਿਬ ਦੇ ਅੱਗੇ ਕੋਈ ਵੀ ਖਿਡੌਣੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਚੜਾਉਣੀਆਂ ਚਾਹੀਦੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਜੀਤ ਸਿੰਘ। ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਦਾ ਆਦੇਸ਼ ਆਇਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਜਹਾਜ਼ ਅਤੇ ਖਿਡੌਣੇ ਨੇ ਉਹ ਨਾ ਚੜਾਏ ਜਾਣ, ਕਿਉਂਕਿ ਇਹ ਗੁਰਮਤਿ ਦੇ ਅਨੁਸਾਰ ਜਿਹੜੇ ਨੇ ਇਹ ਪ੍ਰਵਾਨ ਨਹੀਂ ਹਨ। ਕਿਉਂਕਿ ਪੰਜਾਬ ਦੇ ਵਿੱਚ ਅਨੇਕਾਂ ਗੁਰਦੁਆਰੇ ਨੇ ਜਿੱਥੇ ਕਿ ਜਹਾਜ਼ ਅਤੇ ਖਿਡੌਣੇ ਜਿਹੜੇ ਨੇ ਉਹ ਚੜਾਏ ਜਾਂਦੇ ਸਨ, ਜਿਸ ਤੋਂ ਬਾਅਦ ਸਿੰਘ ਸਾਹਿਬ ਨੇ ਇਹ ਆਦੇਸ਼ ਜਾਰੀ ਕੀਤਾ ਕਿ ਕੋਈ ਵੀ ਜਿਹੜਾ ਧਾਰਮਿਕ ਸਥਾਨ ਹੈ ਗੁਰਦੁਆਰਾ ਸਾਹਿਬ ਹੈ ਉੱਥੇ ਜਿਹੜੇ ਜਹਾਜ਼ ਉਹ ਨਾ ਚੜਾਏ ਜਾਣ। ਕਿਉਂਕਿ ਬੀਤੇ ਦਿਨ ਇੱਕ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਇੱਕ ਤਸਵੀਰ ਜਿਹੜੀ ਹੈ ਉਹ ਲਗਾਤਾਰ ਵਾਇਰਲ ਹੋਈ ਸੀ, ਜਿਹਦੇ ਵਿੱਚ ਖਾਸ ਤੌਰ 'ਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਇੱਕ ਸ਼ਰਧਾਲੂ ਵੱਲੋਂ ਜਿਹੜਾ ਜਹਾਜ਼ ਚੜਾਇਆ ਗਿਆ ਸੀ, ਜਿਸ ਤੋਂ ਬਾਅਦ ਉਹ ਵੀਡੀਓ ਜਿਹੜੀ ਹੈ ਵਾਇਰਲ ਵੀ ਹੋਈ ਸੀ ਅਤੇ ਫੋਟੋ ਵੀ ਜਿਹੜੀ ਹੈ ਉਹ ਵਾਇਰਲ ਹੋਈ ਸੀ। ਤਾਂ ਅੱਜ ਸ਼੍ਰੀ ਅਕਾਲ ਤਖਤ ਜਥੇਦਾਰ ਦਾ ਇਹ ਜਿਹੜਾ ਆਦੇਸ਼ ਜਾਰੀ ਹੋਇਆ ਤਾਂ ਉਹ ਹੁਕਮ ਜਿਹੜੇ ਨੇ ਲਗਾਤਾਰ ਜਿਹੜਾ ਗੁਰਦੁਆਰਾ ਸਾਹਿਬ ਨੇ ਉਹ ਪਾਲਣਾ ਕਰਨਗੇ। ਤੁਹਾਨੂੰ ਦੱਸ ਦਈਏ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਹੜੀ ਹੈ ਨੌਜਵਾਨਾਂ ਜਿਹੜੀ ਦੌੜ ਲੱਗੀ ਹੋਈ ਹੈ ਕਿ ਵਿਦੇਸ਼ਾਂ ਵੱਲ ਜਾਣ ਦੀ, ਉਸ ਕਰਕੇ ਜਿਹੜਾ ਇਹ ਜਹਾਜ਼ ਜਿਹੜੇ ਨੇ ਵੱਖ ਵੱਖ ਧਾਰਮਿਕ ਸਥਾਨਾਂ 'ਤੇ ਆਪਣੀ ਆਸਥਾ ਪ੍ਰਤੀ ਜਿਹੜੇ ਨੇ ਚੜਾਏ ਜਾਂਦੇ ਸਨ, ਤਾਂ ਉਹ ਹੁਣ ਨਹੀਂ ਚੜਾਏ ਜਾਣਗੇ। ਸੋ ਸਾਡੇ ਨਾਲ ਜੁੜ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ। ਜਗੀਰ ਕੌਰ ਜੀ, ਕੀ ਕਹਿਣਾ ਚਾਹੋ? ਜਿਹੜਾ ਸਿੰਘ ਸਾਹਿਬ ਦਾ ਜਿਹੜਾ ਅੱਜ ਬਿਆਨ ਆਇਆ, ਉਹਨਾਂ ਨੇ ਖਾਸ ਤੌਰ 'ਤੇ ਕਿਹਾ ਕਿ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਹਾਜ਼ ਅਤੇ ਖਿਡੌਣੇ ਚੜਾਏ ਜਾਂਦੇ ਨੇ ਵੀ ਉਹ ਨਾ ਚੜਾਏ ਜਾਣ, ਕਿਉਂਕਿ ਉਹ ਜਿਹੜਾ ਇਤਿਹਾਸ ਮੁਤਾਬਕ ਜਿਹੜਾ ਕਬੂਲ ਨਹੀਂ ਹਨ। ਕੀ ਕਹਿਣਾ ਚਾਹੁੰਦੇ ਉਹਦੇ ਬਾਰੇ? ਬਿਲਕੁਲ ਸਹੀ ਹੈ ਜੀ, ਖਿਡੌਣੇ ਥੋੜ੍ਹੇ ਪਹਿਚਾਣਨੇ ਆ ਗੁਰੂ ਦੇ ਦਰਬਾਰ ਵਿੱਚ ਜੀ। ਗੁਰੂ ਸਾਹਿਬ ਜੀ ਦੇ ਉੱਤੇ ਅਸੀਂ ਭਾਵਨਾਵਾਂ ਚਾੜਨੀਆਂ ਨੇ, ਆਪਣੀਆਂ ਭਾਵਨਾਵਾਂ ਭੇਟਾ ਕਰਨੀਆਂ, ਸ਼ਰਧਾ ਭੇਟਾ ਕਰਨੀ, ਵਿਸ਼ਵਾਸ ਭੇਟਾ ਕਰਨਾ। ਅਰਦਾਸ ਜਿਹੜੀ ਹੈ ਉਹ ਵਿਸ਼ਵਾਸ ਨਾਲ ਪੂਰੀ ਹੁੰਦੀ ਹੈ। ਇਹ ਖਿਡੌਣੇ ਤੇ ਬੱਚਿਆਂ ਦੇ ਖੇਡਣ ਵਾਸਤੇ ਹੈ। ਜੇ ਆਪਾਂ ਖਿਡੌਣੇ ਉੱਥੇ ਚਾੜਾਂਗੇ ਤੇ ਦੱਸੋ ਫਿਰ ਤੇ ਸਾਡੀ ਮਨਮਤ ਹੈ, ਸਾਡੇ ਕੋਲ ਤੇ ਗੁਰੂ ਦੀ ਸੋਚ ਹੀ ਨਹੀਂ ਹੈਗੀ। ਇਸ ਕਰਕੇ ਜੋ ਉਹਨਾਂ ਨੇ ਕਿਹਾ ਠੀਕ ਹੈ, ਕਿਉਂਕਿ ਉੱਥੇ ਕਿਸੇ ਨੇ ਇੱਥੇ ਪਹਿਲਾਂ ਸੁਣਿਆ ਵੀ ਤੱਲਣ ਚਾੜਦੇ ਸੀਗੇ, ਉਹ ਤਾਂ ਉੱਥੇ ਢੇਰਾਂ ਢੇਰ ਲੱਗੇ ਪਏ ਆ, ਲੋਕਾਂ ਨੂੰ ਖਿਡੌਣੇ ਵੰਡਦੇ ਫਿਰਦੇ ਆ, ਕੀ ਕਰਨਾ? ਉਹ ਵੀ ਬੜੇ ਮਜਬੂਰ ਆ, ਮੇਰੇ ਕੋਲ ਵੀ ਆਏ ਸੀ ਇਸ ਤਰ੍ਹਾਂ। ਉਦਣ ਅਨਰਥ ਹੀ ਕਰ ਦਿੱਤਾ ਕਿਸੇ ਨੇ ਵੀ ਉੱਥੇ ਜਾ ਕੇ ਤੇ ਦਰਬਾਰ ਸਾਹਿਬ ਦੀ ਚਾੜਨ ਵਾਸਤੇ। ਇਸ ਕਰਕੇ ਮੈਂ ਵੀ ਬੇਨਤੀ ਕਰਾਂਗੀ ਸਾਰੀ ਸੰਗਤ ਨੂੰ, ਬੀਬੀਆਂ ਪੈਰਾਂ ਨੂੰ ਖਾਸ ਕਰਕੇ, ਕਿ ਮੇਰੀ ਜੋ ਭੈਣੋ, ਗੁਰੂ ਸਾਹਿਬ ਨੂੰ ਆਪਾਂ ਖਿਡੌਣੇ ਨਹੀਂ ਚਾੜਨੇ, ਆਪਾਂ ਆਪਣੀ ਸ਼ਰਧਾ ਦੇਣੀ ਹੈ, ਵਿਸ਼ਵਾਸ ਦੇਣਾ, ਸਤਿਕਾਰ ਦੇਣਾ, ਭਾਵਨਾ ਭੇਟਾ ਕਰਨੀ। ਸੋ ਬਿਲਕੁਲ ਸਾਡੇ ਨਾਲ ਜੁੜ ਚੁੱਕੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ। ਕਾਲਕਾ ਜੀ, ਕੀ ਕਹਿਣਾ ਚਾਹੁੰਦੇ? ਜਿਹੜਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦਾ ਬਿਆਨ ਆਇਆ ਕਿ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਖਿਡੌਣੇ ਤੇ ਜਹਾਜ਼ ਜਿਹੜੇ ਨੇ ਉਹ ਨਾ ਚੜਾਏ ਜਾਣ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਹ ਤੇ ਬਹੁਤ ਵਧੀਆ ਗੱਲ ਹੈ ਕਿ ਅੱਜ ਜਥੇਦਾਰ ਸਾਹਿਬ ਨੇ ਇਸ ਗੱਲ ਦਾ ਸੰਗਿਆਨ ਲਿਆ, ਮਗਰ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਪੈਂਦੀ ਸੀ ਕਿ ਜਿੱਥੇ ਇਹ ਲੋਕਾਂ ਦੀਆਂ ਜਿਹੜੀ ਮਨਮਤਾ ਹੈਗਾ, ਲੋਕਾਂ ਦੇ ਦਿਮਾਗ ਦੇ ਵਿੱਚ ਆਪਣੀ ਮਨਮਤ ਦੇ ਹਿਸਾਬ ਦੇ ਨਾਲ ਜਾ ਕੇ ਉੱਥੇ ਜਹਾਜ਼ ਚੜਾਉਣੇ ਜਾਂ ਕਿਸੇ ਕਿਸਮ ਦੀ ਵੀ ਇਹੋ ਜਿਹੀ ਗੱਲ ਕਰਨੀ, ਇਹਦੇ ਸੰਗਿਆਨ ਸ਼੍ਰੋਮਣੀ ਕਮੇਟੀ ਨੂੰ ਕਈ ਸਾਲ ਪਹਿਲੇ ਲੈ ਲੈਣਾ ਚਾਹੀਦਾ ਸੀ। ਮਗਰ ਅੱਜ ਜਿਹੜਾ ਇਹਨਾਂ ਨੇ ਜਥੇਦਾਰ ਸਾਹਿਬ ਨੇ ਸਟੈਪ ਚੁੱਕਿਆ, ਮੈਂ ਉਹਦੀ ਸ਼ਲਾਘਾ ਵੀ ਕਰਦਾ ਤੇ ਧੰਨਵਾਦ ਵੀ ਕਰਦਾ ਜਥੇਦਾਰ ਸਾਹਿਬ ਦਾ, ਕਿ ਇਹ ਵਾਕਈ ਅੱਜ ਲੋੜ ਹੈ ਇਹੋ ਜਿਹੇ ਕਈ ਹੋਰ ਮਸਲੇ ਚੁੱਕਣ ਦੀ, ਜਿਹੜੇ ਮਨਮਤ ਵੱਲ ਲੈ ਕੇ ਜਾ ਰਹੇ ਨੇ ਔਰ ਸਾਨੂੰ ਗੁਰਮਤ ਤੋਂ ਦੂਰ ਕਰ ਰਹੇ। ਜੀ ਜੀ ਜੀ, ਕਲਕਾ ਜਿਸ ਤਰ੍ਹਾਂ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਬਹੁਤ ਕੋਈ ਗੁਰਦੁਆਰਾ ਸਾਹਿਬ ਹਨ ਜਿੱਥੇ ਜਹਾਜ਼ ਚੜਾਏ ਜਾਂਦੇ ਨੇ, ਲੋਕ ਲੋਕਾਂ ਨੂੰ ਉਮੀਦ ਹੁੰਦੀ ਹੈ ਵੀ ਸ਼ਾਇਦ ਅਸੀਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਿਹੜਾ ਜਹਾਜ਼ ਚੜ ਜਾਈਏ। ਕੀ ਤੁਹਾਨੂੰ ਲੱਗਦਾ ਵੀ ਉੱਥੇ ਜਿਹੜੇ ਉੱਥੇ ਦੇ ਜਿਹੜੇ ਪਾਰਟੀ ਨੇ ਜਾਂ ਉੱਥੇ ਦੇ ਗ੍ਰੰਥੀ ਸਿੰਘ ਨੇ, ਉਹਨਾਂ ਨੂੰ ਵੀ ਜਿਹੜਾ ਇਸ ਤੇ ਜਿਹੜਾ ਅਮਲ ਕਰਨਾ ਚਾਹੀਦਾ ਕੁਛ ਨਾ ਕੁਛ? ਮੈਂ ਸਮਝਦਾ ਕਿ ਹਰ ਗੁਰਦੁਆਰੇ ਦੀ ਆਪਣੀ ਜ਼ਿੰਮੇਵਾਰੀ ਹੈ, ਮਗਰ ਸਾਡਾ ਅਫਸੋਸ ਤੇ ਇਹੀ ਹੈ ਕਿ ਸਾਡਾ ਪ੍ਰਚਾਰ ਪ੍ਰਸਾਰ ਬਹੁਤ ਘੱਟ ਹੈ। ਜੀ, ਸਾਨੂੰ ਇਸ ਚੀਜ਼ ਦਾ ਪ੍ਰਚਾਰ ਕਰਨਾ ਚਾਹੀਦਾ ਕਿ ਸਾਡੇ ਦਿਲ ਦਿਮਾਗ ਦੇ ਉੱਤੇ ਕਦੀ ਵੀ ਕੋਈ ਮਨਮਤ ਭਾਰੀ ਨਾ ਪਵੇ। ਆਪਣੇ ਦਿਲ ਦੇ ਵਿੱਚ ਆਈ ਗੱਲ ਨੂੰ ਆਪਾਂ ਗੁਰੂ ਘਰ ਦੇ ਵਿੱਚ ਨਾ ਜੋੜੀਏ ਔਰ ਜੋ ਗੁਰੂ ਸਿਧਾਂਤ ਸਾਨੂੰ ਕਹਿੰਦੇ ਨੇ ਸਾਨੂੰ ਉਹਦੇ ਉੱਤੇ ਪੈਰਾ ਦੇਣਾ ਚਾਹੀਦਾ। ਸੋ ਇਸ ਪ੍ਰਚਾਰ ਦੀ ਬਹੁਤ ਵੱਡੀ ਲੋੜ ਹੈ, ਅੱਜ ਸ਼੍ਰੋਮਣੀ ਕਮੇਟੀ ਨੂੰ ਇਨੀਸ਼ੀਏਟਿਵ ਚੁੱਕਣਾ, ਕਿਉਂਕਿ ਇਹ ਗੱਲਾਂ ਜ਼ਿਆਦਾਤਰ
ਪੰਜਾਬ ਚ ਦੇਖਣ ਨੂੰ ਆਉਂਦੀ ਹੈ ਔਰ ਦਿੱਲੀ ਦੇ ਵਿੱਚ ਇਹੋ ਜਿਹੀ ਕੋਈ ਚੀਜ਼ ਸਾਨੂੰ ਨਜ਼ਰ ਨਹੀਂ ਆਉਂਦੀ ਕਿ ਕਿਸੇ ਗੁਰਦੁਆਰਾ ਸਾਹਿਬ ਚ ਇਹੋ ਜਿਹੀ ਕੋਈ ਗੱਲ ਹੋ ਰਹੀ ਹੋਵੇ ਔਰ ਜਿੱਥੇ ਕਦੀ ਕੋਈ ਨਜ਼ਰ ਆਉਂਦਾ ਅਸੀਂ ਤੁਰੰਤ ਉਹਦਾ ਸੰਗਿਆਨ ਲੈਂਦੇ ਹਾਂ ਔਰ ਉਹਨੂੰ ਠੀਕ ਕਰਾਉਂਦੇ ਹਾਂ ਉੱਥੇ ਦੇ ਪ੍ਰਬੰਧਕਾਂ ਨਾਲ ਉੱਥੇ ਦੇ ਗਰੰਟੀਆਂ ਨਾਲ ਮੁਲਾਕਾਤ ਕਰਕੇ ਤੁਹਾਨੂੰ ਲੱਗਦਾ ਨੀ ਕਿੱਦਾਂ ਜਿਹੜਾ ਜਿਹੜਾ ਇਹ ਦੇਸ਼ ਹੈ ਕਿ ਕੁਛ ਸਮਾਂ ਪਹਿਲਾਂ ਆ ਜਾਂਦਾ ਤਾਂ ਕਿਤੇ ਨਾ ਕਿਤੇ ਜਿਹੜਾ ਲੋਕਾਂ ਨੂੰ ਜਿਹੜਾ ਸਿੱਖ ਭਾਵਨਾ ਨੂੰ ਜਿਹੜਾ ਠੇਸ ਪਾਉਂਦੀ ਆ ਤੇ ਉਹ ਨਾ ਪਾਉਂਦੀ ਨਹੀਂ ਬੀਤੇ ਦਿਨ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਇੱਕ ਫੋਟੋ ਜਿਹੜੀ ਵਾਇਰਲ ਹੋਈ ਸੀ ਕਿਸੇ ਕਿਸੇ ਵੱਲੋਂ ਜਿਹੜਾ ਜਹਾਜ਼ ਚੜਾਇਆ ਗਿਆ ਸੀ ਉੱਥੇ ਦੇਖੋ ਮੈਂ ਬਾਰ ਇੱਕੋ ਗੱਲ ਪਹਿਲੇ ਵੀ ਕਹੀ ਹੈ ਇਹੀ ਗੱਲ ਕਿ ਇਹ ਗੱਲਾਂ ਬਹੁਤ ਪਹਿਲੇ ਕਰ ਲੈਣੀਆਂ ਚਾਹੀਦੀਆਂ ਸੀ ਔਰ ਚਲੋ ਅੱਜ ਵੀ ਅਗਰ ਜਥੇਦਾਰ ਸਾਹਿਬ ਨੇ ਕਿਧਰੇ ਇਹ ਗੱਲ ਚੁੱਕੀ ਹੈ ਤੇ ਇਸ ਦੇ ਉੱਤੇ ਠੱਲ ਪਵੇ ਤੇ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਤੇ ਇੱਕ ਨੈਵਰ ਐਂਡਿੰਗ ਪ੍ਰੋਸੈਸ ਹੈਗਾ ਕਿ ਜਿਹੜੇ ਬੰਦੇ ਆਪਣੇ ਦਿਲ ਚ ਕੋਈ ਚੀਜ਼ ਆਏ ਉਹਨੂੰ ਚਾਹੀਦੇ ਉਹਦੀ ਐਕਸੈਪਟੈਂਸ ਹੀ ਨਹੀਂ ਗੁਰੂ ਘਰ ਦੇ ਵਿੱਚ ਹੋਣੀ ਚਾਹੀਦੀ ਸਿੰਘ ਸਾਹਿਬ ਇੱਕ ਨਾ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨਾ ਦੇਸ਼ ਆਇਆ ਹੁਣ ਉਹਨਾਂ ਦਾ ਉਹਨਾਂ ਨੇ ਕਿਹਾ ਵੀ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਜਹਾਜ਼ ਵਗੈਰਾ ਖਿਡੌਣੇ ਚੜਦੇ ਆ ਨਾ ਉਹ ਨਾ ਚੜਾਏ ਜਾਣ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਠੀਕ ਹੈ ਬਿਲਕੁਲ ਚੰਗੀ ਗੱਲ ਆ ਗੁਰੂ ਸਾਹਿਬ ਦੇ ਅੱਗੇ ਖਿਡੌਣੇ ਨਹੀਂ ਚੜਾਉਣੇ ਚਾਹੀਦੇ ਰੋਕਣ ਵਾਸਤੇ ਮੈਂ ਸਮਝਦਾ ਦੇਰ ਆਏ ਦਰੁਸਤ ਆਏ ਚੰਗਾ ਐਲਾਨ ਕੀਤਾ ਜਥੇਦਾਰ ਸਾਹਿਬ ਨੇ ਚੰਗੀ ਗੱਲ ਆ ਅਸੀਂ ਐਪਰੀਸ਼ੀਏਟ ਕਰਦੇ ਆ ਕਿ ਨੌਜਵਾਨਾਂ ਨੂੰ ਇੱਥੇ ਰੁਜ਼ਗਾਰ ਦੀ ਤਲਾਸ਼ ਕਰਨੀ ਚਾਹੀਦੀ ਹੈ ਤੇ ਸੰਗਤਾਂ ਨੂੰ ਜਿਹੜੇ ਖਿਡੌਣੇ ਆ ਜਿਵੇਂ ਸ਼ਹੀਦਾਂ ਗੁਰਦੁਆਰਾ ਤੱਲਣ ਹੈ ਨਾ ਉੱਥੇ ਬਹੁਤ ਜਹਾਜ਼ ਚੜਾਉਂਦੇ ਆ ਤਾਂ ਇਸ ਤਰ੍ਹਾਂ ਨਹੀਂ ਚਾਹੀਦਾ ਗੁਰੂ ਸਾਹਿਬ ਦੇ ਅੱਗੇ ਕੋਈ ਵੀ ਖਿਡੌਣੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਚੜਾਉਣੀਆਂ ਚਾਹੀਦੀਆਂ ਗੁਰੂ ਸਾਹਿਬ ਦੇ ਅੱਗੇ ਤਾਂ ਸ਼ਰਧਾ ਨਾਲ ਨਤਮਸਤਕ ਹੀ ਸਾਨੂੰ ਜਿਹੜੀ ਕੋਈ ਭੇਟਾ ਪ੍ਰੇਮ ਭੇਟਾ ਜਿਹੜੀ ਕਿਤੇ ਕੰਮ ਆਵੇ ਉਹ ਖਿਡੌਣੇ ਕਿਹੜੇ ਕੰਮ ਨੇ ਜਿਹੜੇ ਗੁਰੂ ਘਰ ਦੇ ਕਿਤੇ ਕੰਮ ਆਵੇ ਕੋਈ ਵਸਤਰ ਭੇਟ ਕਰਦਾ ਕੋਈ ਅਨਾਜ ਭੇਟ ਕਰਦਾ ਉਹ ਲੰਗਰ ਚ ਵਰਤਦਾ ਹੈ ਨਾ ਹਾਂ ਇਸ ਤਰ੍ਹਾਂ ਚਾਹੀਦਾ ਵਾ ਇਹ ਜਿਹੜੀਆਂ ਖਿਡੌਣੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਜਾਂ ਜਿਹੜੀਆਂ ਕਲਪਿਤ ਧਾਰਨਾਵਾਂ ਅਸੀਂ ਬਣਾ ਲਈਆਂ ਨੇ ਉਹ ਸਾਨੂੰ ਨਹੀਂ ਬਣਾਉਣੀਆਂ ਚਾਹੀਦੀਆਂ ਇੱਦਾਂ ਜੀ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਗੁਰਦੁਆਰੇ ਨੇ ਪਰ ਉਹਨਾਂ ਦੀ ਲੋਕਲ ਕਮੇਟੀ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਖਾਸ ਤੌਰ ਤੇ ਕੀ ਸੰਦੇਸ਼ ਹੈ ਕਿ ਇਹੋ ਜਿਹੇ ਨਾ ਕਿਉਂਕਿ ਜਹਾਜ਼ ਚੜਾਉਣਾ ਉਹ ਕਹਿੰਦਾ ਸਾਡੀ ਮਨੋਕਾਮਨਾ ਪੂਰੀ ਹੁੰਦੀ ਹੈ ਅਸੀਂ ਅਮਰੀਕਾ ਕੈਨੇਡਾ ਚਲੇ ਜਾਂਦੇ ਹਾਂ ਕੀ ਲੱਗਦਾ ਤੁਹਾਨੂੰ ਇਸ ਬਾਰੇ ਮੈਂ ਸਮਝਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਚਾਹੀਦਾ ਵਾ ਕਿ ਉਹ ਵੀ ਇਨਸੈਂਟਿਵ ਲੈਣ ਕਿ ਸਾਰਿਆਂ ਨੂੰ ਪ੍ਰੇਮ ਨਾਲ ਸਮਝਾਇਆ ਜਾਵੇ ਕਿ ਕੋਈ ਗੁਰਦੁਆਰੇ ਦੇ ਲੰਗਰ ਚ ਵਰਤੋਂ ਵਿਹਾਰ ਦਾ ਕੋਈ ਅਨਾਜ ਕੋਈ ਏਦਾਂ ਦੀ ਚੀਜ਼ ਭੇਟਾ ਹੋਵੇ ਦਸਵੰਧ ਭੇਟਾ ਕਰਨਾ ਇਸ ਤਰ੍ਹਾਂ ਦੇ ਖਿਡੌਣੇ ਜਿਹੜੇ ਆ ਜਹਾਜ਼ ਜਾਂ ਕੋਈ ਹੋਰ ਏਦਾਂ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ ਜਿਵੇਂ ਗੁਰਦੁਆਰਾ ਘੋੜਿਆਂ ਵਾਲਾ ਨਾਭੇ ਆ ਪਹਿਲਾਂ ਉੱਥੇ ਜਿਹੜਾ ਸੀਗਾ ਚੰਗੇ ਚੱਲਦੇ ਫਿਰਦੇ ਜਿਹੜੇ ਅਸਲੀ ਘੋੜੇ ਚੜਾਏ ਜਾਂਦੇ ਸੀ ਜਦੋਂ ਕੋਈ ਸ਼ਰਧਾ ਉਹ ਕਿਸੇ ਕੰਮ ਵੀ ਆਉਂਦੇ ਸੀਗੇ ਅੱਜ ਘੋੜੇ ਹੋ ਗਏ ਮਹਿੰਗੇ ਉੱਥੇ ਹੁਣ ਮਿੱਟੀ ਦੇ ਘੋੜੇ ਚੜਾ ਦਿੰਦੇ ਪਲਾਸਟਿਕ ਦੇ ਘੋੜੇ ਚੜਾ ਦਿੰਦੇ ਆ ਤੇ ਉਹ ਗੁਰੂ ਸਾਹਿਬ ਨਾਲ ਵੀ ਰੱਬ ਨਾਲ ਵੀ ਠੱਗੀ ਮਾਰਨ ਵਾਲੀ ਗੱਲ ਆ ਸੁੱਖਿਆ ਘੋੜਾ ਚੜਾ ਤਾ ਪਲਾਸਟਿਕ ਦਾ ਚੜਾ ਤਾ ਮਿੱਟੀ ਦਾ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਗੁਰੂ ਜਾਣੀ ਜਾਣ ਗੁਰੂ ਸਮਰੱਥ ਆ ਤੇ ਗੁਰੂ ਦੇ ਅੱਗੇ ਜਿਹੜੀ ਪ੍ਰੇਮ ਭੇਟਾ ਵਾ ਉਹ ਉਹੀ ਚੀਜ਼ ਸਾਨੂੰ ਚਾਹੀਦੀ ਹੈ ਜਿਹੜੀ ਕਿਸੇ ਵਰਤੋਂ ਚ ਆਵੇ ਇਸ ਤਰ੍ਹਾਂ ਦੇ ਜਿਹੜੇ ਖਿਡੌਣੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਮਨਮਤ ਦੀ ਧਾਰਨਾਵਾਂ ਨੇ ਇਹਨਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ।